ਉਹਨੇ ਨਾਲ ਲੈਬ ਜੀ ਬਣਾਇਆ ਨੇ ਚੇਂਜ ਕਰ ਲਿਆ ਮੈਂ ਤੇਰਾ ਹੱਥ ਵੜਨਾ ਫੇਰ ਜਾ ਕਰਨਾ ਖਿਲਾ ਲੱਗਦੇ ਜਾਂ ਇਹਨੂੰ ਵੀ ਨਾ ਝੰਡਾ ਆ ਕੇ ਕਢਾ ਕੇ ਤੇ ਲੈ ਆਇਓ ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁ ਅੱਲਾ ਦੇ ਕਰਮ ਫਜ਼ਲ ਨਾਲ ਬਜ਼ੁਰਗਾਂ ਦੇ ਤੁਹਾਡੀਆਂ ਦੁਆਵਾਂ ਦੇ ਨਾਲ ਅੱਜ ਅਮੀਰ ਹਮਜ਼ਾ ਘੜੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਅਤੇ ਫਿਰ ਹਾਜ਼ਰ ਹੈ ਅਤੇ ਅੱਬੂ ਜੀ ਹੋਰਾਂ ਬਾਈ ਆਰਡਰ ਦਾ ਹਰਿਆ ਜੇ ਅੱਬੂ ਜੀ ਹੋਰੀਆਂ ਆਉਂਦੇ ਨੇ ਵੀ ਜਾਓ ਦਾਤਰੀਆਂ ਲਿਆਇਓ ਅਤੇ ਜਾ ਕੇ ਨਾ ਦੰਦੇ ਕਢਾ ਲਿਆਓ ਅਤੇ ਤੁਹਾਨੂੰ ਪਤਾ ਫਿਰ ਕਣਕ ਵੀ ਵੱਢਣੀ ਹੈ ਅਤੇ ਹੁਣ ਚੱਲਣਾ ਮੈਂ ਜੀ ਦੰਦੇ ਕਢਾਉਣ ਅਤੇ ਮੈਂ ਕਿਹਾ ਚਲੋ ਤੁਹਾਨੂੰ ਵਹਾੜਨੇ ਨਾਲ ਦੰਦੇ ਦੁੰਦੇ ਕਿੰਝ ਨਿਕਲਦੇ ਨੇ ਦਾਤਰੀਆਂ ਦੇ ਅਤੇ ਕੀ ਹਿਸਾਬ ਕਿਤਾਬ ਹੁੰਦਾ ਲੈਟਸ ਗੋ ਐਂਡ ਤੁਸੀਂ ਵੀ ਵੇਖ ਲਓ ਅਤੇ ਇਹ ਜੇ ਜੀ ਉਹ ਪੀਪਾ ਬੜਾ ਪੁਰਾਣਾ ਜਿਹਨੇ ਭਰਿਆ ਹੁੰਦਾ ਜੀ ਸਾਡੇ ਕੋਲ ਦਾਤਰੀਆਂ ਦਾ ਅਤੇ ਅੱਬੂ ਜੋੜੀਆਂ ਦੇ ਮੈਂ 6 ਦਾਤਰੀਆਂ ਖੜਨੀਆਂ 6 ਪੂੜੀਆਂ ਖੜਨੇ ਆ 2 ਚੜਨੇ ਜੇ ਭਾਗ ਲੈ ਜਾਂਦੇ ਤੁਹਾਨੂੰ ਪਤਾ ਤੇਜ਼ ਹੋ ਗਏ ਨਾ ਇਹਨਾਂ ਤੇਜ਼ ਹੋ ਜਾਣਾ ਫਿਰ ਇੰਝ ਮਾਸਾ ਜਿਹਾ ਹੱਥ ਲੱਗਾ ਨਾ ਫਿਰ ਵੱਢ ਕੱਢਣੀ ਉਂਗਲੀ ਅੱਲਾ ਨਾ ਹੀ ਕਰੇ 3 4 5 ਅਤੇ 6 ਦਾ ਮਤਲਬ ਇਹ ਪੂੜੀਆਂ ਨੇ ਅਤੇ ਫਿਰ ਲਾਈ ਜਾਂਦੇ ਹਾਂ ਅਤੇ ਕਢਾ ਲਿਆਉਂਦੇ ਹਾਂ ਅਤੇ ਨਾਲ ਸਮਸਾਮ ਲਈ ਮਸ਼ੀਨ ਵੀ ਲਾਈ ਜਾਂਦੇ ਹਾਂ ਤਾਂ ਕਿ ਉਹ ਫੜ ਕੇ ਨਾ ਪਿੱਛੇ ਬਹਿਜੇ ਅੱਗੇ ਤਾਂ ਤੰਗ ਨਹੀਂ ਨਾ ਸਕਦੇ ਗੁੱਡੇ ਵੀ ਸਕਦੀਆਂ ਨੇ ਨਾ ਅਤੇ ਨਾਲੇ ਤੁਹਾਨੂੰ ਪਤਾ ਫਿਰ ਤੇਜ਼ ਹੋਣੀ ਹੈ ਅਤੇ ਕੁਛ ਵੀ ਹੋ ਸਕਦਾ ਹੈਂਡਲ ਅੱਗੇ ਟੰਗਿਆ ਨਾ ਅਤੇ ਜਾਂ ਥੱਲੇ ਟੰਗਿਆ ਕੈਰੀਅਰ ਦੇ ਉੱਤੇ ਨਾ ਪੈਰਾਂ ਨੂੰ ਵੀ ਜਾਣਾ ਵੱਜ ਸਕਦੀਆਂ ਅਤੇ ਇਸ ਵਾਸਤੇ ਸਮਸਾਮ ਲਈ ਮਸ਼ੀਨ ਮੈਂ ਨਾਲ ਲੈ ਜਾਂਦਾ ਅਤੇ ਜਲਦੀ ਜਲਦੀ ਜਾਣਾ ਦੰਦੇ ਕਢਾ ਕੇ ਨਾ ਕੰਮ ਕਰਨੇ ਆ ਤੋ ਅਸੀਂ ਹੁਣ ਨਿਕਲ ਲੱਗੇ ਹਾਂ ਮਾਸਕ ਮੂਸਕ ਪਾ ਕੇ ਨਾ ਅਤੇ ਆਹ ਦਾਤਰੀ ਇੱਕ ਹੋਰ ਵੱਧ ਗਈ ਜੇ 7 ਹੋ ਗਈ ਆ ਬੂਜੋ ਰਾਣਾ ਨਾ ਭੱਠਿਆਂ ਲਈ ਵੀ ਇੱਕ ਦਾਤਰੀ ਦੇਖ ਰਹੀਆਂ ਅਤੇ ਭੈਣ ਇਹਨੂੰ ਵੀ ਨਾ ਝੰਡਾ ਆ ਕੇ ਕਢਾ ਕੇ ਅਤੇ ਲੈ ਆਇਓ ਚਲੋ ਫਿਰ ਜਲਦੀ ਜਲਦੀ ਚੱਲੀਏ ਟਾਈਮ ਤਾਂ ਨਾ ਘੜਦੇ ਹੋਇਆ ਨਿਕਲੀਏ ਫਿਰ ਅਤੇ ਕਢਾ ਕੇ ਅਤੇ ਜਲਦੀ ਜਲਦੀ ਲੈ ਆਈਏ ਕਿਉਂਕਿ ਥੋੜ੍ਹਾ ਜਿਹਾ ਕੰਮ ਤੁਹਾਨੂੰ ਪਤਾ ਅਸੀਂ ਜਲਦੀ ਜਲਦੀ ਕਰ ਛੱਡਣੇ ਹੁੰਦੇ ਹਾਂ ਚਲੋ ਫਿਰ ਬਾਈ ਚਲੋ ਬਾਈ ਰਾਣਾ ਕਰ ਆਰਾਮ ਦੇ ਨਾਲ ਬਾਈ ਇਹਾਂ ਹੀ ਹੈ ਬਾਈ ਇਹਾਂ ਹੀ ਹੈ ਰੋਕੋ ਬਾਈ ਉਹ ਵਾਲੀ ਸਾਈਡ ਮੇ ਲੈ ਕੇ ਜਾ ਹੋ ਗਿਆ ਦਾਤਰੀਆਂ ਟੰਗੀਆਂ ਚੱਲ ਚੱਲ ਬਾਈ ਚੱਲ ਬਾਈ ਬਸ 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 7 ਦਾਤਰੀਆਂ ਜੇ ਬਾਈ ਇਹ ਵੇਖੋ 3 1 2 3 ਅਤੇ ਇਹ 4 ਰੂੜਾਂ ਪਈਆਂ ਅਤੇ 1 ਅਤੇ 2 ਪਈਆਂ ਨੇ ਪਰਾਂ ਅਤੇ ਇਹ ਕਰਨ ਡੇ ਨੇ 1 ਇਹ ਵੇਖੋ ਦੰਦੇ ਛੰਦੇ ਨਿਕਲਣ ਡੇ ਨੇ ਇਹਨਾਂ ਦੇ ਅਤੇ ਕੰਮ ਬਸ ਮੁੱਕਣ ਵਾਲਾ ਅਤੇ ਇਹ ਜੇ ਜੀ ਦੁਕਾਨ ਅੰਦਰੋਂ ਦਾਤਰੀਆਂ ਦੂਤਰੀਆਂ ਪਈਆਂ ਨੇ ਆ ਪੁਰਾਣੇ ਛਾਵਾਂ ਪਈਆਂ ਨੇ ਆ ਦਸਤੇ ਪਏ ਨੇ ਕਈਆਂ ਕੁਈਆਂ ਦੇ ਅਤੇ ਇਹ ਜਿਹੜੀ ਨਾ ਪਹਿਲਾਂ ਇਹਦੇ ਨਾਲ ਨਾ ਉਹ ਬਾਹਰ ਗਰਮ ਕਰਦੇ ਨੇ ਤੁਹਾਨੂੰ ਇਨਸ਼ਾਅੱਲਾ ਵਹਾਵਾਂਗੇ ਉਹ ਵੀ ਨਾ ਜੇ ਕਰਦੇ ਹੋਏ ਕਿਤੇ ਮੌਕਾ ਮਿਲਿਆ ਨਾ ਤੁਹਾਨੂੰ ਅਤੇ ਛੁੜੀਆਂ ਨਹੀਂ ਹੁੰਦੀਆਂ ਉਹ ਜਿਹੜੀਆਂ ਟੋਕੇ ਦੀਆਂ ਉਹ ਚੰਡਦੇ ਜੇ ਗਰਮ ਕਰਕੇ ਨਾ ਅੱਗ 'ਚ ਅਤੇ ਉਹ ਵੀ ਤੁਹਾਨੂੰ ਇਨਸ਼ਾਅੱਲਾ ਵਹਾਵਾਂਗੇ ਅਤੇ ਫਿਲਹਾਲ ਤਾਂ ਇਹ ਜੇ ਜੀ ਦੁਕਾਨ ਅੰਦਰੋਂ ਅਤੇ ਇਹ ਜੇ ਜੀ ਬਾਹਰੋਂ ਦੇਖੋ ਮਾਸ਼ਾਅੱਲਾ ਅਤੇ ਇਹ ਜੇ ਜੀ ਸਾਹਮਣੇ ਸਾਰੀ ਦੁਕਾਨ ਹੈ ਨਾ ਅਤੇ ਇਹ ਜੇ ਜੀ ਉਹ ਚਿਮਨੀ ਜੀ ਦੇ ਵਿੱਚ ਛੁੜੀਆਂ ਰੱਖ ਕੇ ਨਾ ਗਰਮ ਕਰਦੇ ਨੇ ਅਤੇ ਹੁਣ ਧੂੰਆਂ ਜਿਵੇਂ ਬਾਹਰ ਨੂੰ ਜਾਂਦਾ ਜੇ ਚਿਮਨੀ ਦਾ ਅਤੇ ਇਹ ਕੋਲੇ ਪਏ ਨੇ ਅੱਗ ਵਾਸਤੇ ਅਤੇ ਇਹ ਪਾਣੀ 'ਚ ਠੰਡਾ ਕਰਦੇ ਨੇ ਇਹਦੇ ਉੱਤੇ ਘੁੱਟਦੇ ਜੇ ਉਹ ਛੁੜੀਆਂ ਅਤੇ ਫਿਰ ਜਿਹੜਾ ਨਾ ਕਰਦੇ ਨੇ ਸਾਰਾ ਅਤੇ ਇਹ ਬਾਕੀ ਸਮਾਨ ਪਿਆ ਜੇ ਜੀ ਇੱਥੇ ਦੁਕਾਨ ਵੀ ਵੇਖੋ ਬੰਦ ਹੋਣ ਡਈ ਆ ਜੇ ਹੁਣ ਅਤੇ ਸ਼ੁਕਰ ਹੈ ਕਿਤੇ ਟਾਈਮ ਨਾਲ ਹੀ ਆ ਗਏ ਹਾਂ ਅਸੀਂ ਸਮਸਾਮ ਲਿਆ ਮੈਂ 40,000 ਤੋੜ ਖਲੋ ਰਿਹਾ ਵੇਖ ਤੇ ਲੋ ਭਾਈ ਕਿੰਜਦੀਆਂ ਹੋਈਆਂ ਉਹ ਵੇਖ ਵੇਖੀਆਂ ਨਹੀਂ ਪਹਿਲਾਂ ਹੀ ਉਹ ਸਹੀ ਹੋਈਆਂ ਨਹੀਂ ਸਹੀ ਹੋਣੀਆਂ ਵੇਖ ਲੋ
ਉਹ ਘਰ ਜਾ ਕੇ ਵੀ ਨਾ ਜਲਦੀ ਜਲਦੀ ਚੱਲੋ ਵਿਆਹ ਵੀ ਦੁਕਾਨ ਬੰਦ ਕਰ ਗਏ ਨਾ ਤੇ ਫਿਰ ਅਸੀਂ ਵੀ ਚੱਲੀਏ ਹਾਂਜੀ ਚਲੋ ਬਹੁਤ ਤੁਸੀਂ ਬਾਹਰ ਨਹੀਂ ਖਲਾਉਣਾ ਮੈਂ ਚਲਾਵਾਂਗਾ ਤੂੰ ਮੈਂ ਚਲਾਉਣਾ ਯਾਰ ਆਂਦੀ ਯਾਰ ਤੂੰ ਚਲਾਈ ਵੇਖ ਲੈ ਯਾਰ ਚਲਾਉਣ ਦੋ ਮੰਨੋ ਝੂਲਾ ਲੈ ਲੈਂਦਾ ਝੂਲਾ ਲੈ ਇੰਨਾ ਲੰਮਾ ਲਿਆ ਚੱਲ ਹੁਣ ਯਾਰ ਮੰਨ ਲੈ ਮੈਂ ਨਹੀਂ ਚਲਾ ਤੁਸੀਂ ਚਲਾ ਲਓ ਮੈਂ ਚਲਾਉਣਾ ਤੈਨੂੰ ਮੈਂ ਤਾਦੀ ਲਿਆਂਦਾ ਸੀ ਪਿੱਛੇ ਬਹਿਗਾ ਨਾ ਫਰ ਕੇ ਚਲਾ ਚਲਾ ਤੇ ਐਤਕੀ ਮੈਂ ਆਪੀ ਚਲਾਉਣਾ ਯਾਰ ਘਰ ਜਾ ਕੇ ਆਪੇ ਵੇਖਣੇ ਕਿਹੋ ਜਿਹੀਆਂ ਹੋਈਆਂ ਹਾਂਜੀ ਚੱਲੋ ਜੀ ਬਾਈ ਓਏ ਹੋਏ ਹੁਣ ਜਿਹੜਾ ਨਾ ਹੁਣ ਜਿਹੜਾ ਨਾ ਅਸੀਂ ਆ ਗਏ ਜੀ ਵਾਪਸ ਅਤੇ ਸ਼ਮਸ਼ਾਨ ਲਈ ਆ ਮਸ਼ੀਨ ਨੂੰ ਖੜਾਉਣ ਦਾ ਫਾਇਦਾ ਹੋ ਗਿਆ ਪਿੱਛੇ ਫਾੜ ਕੇ ਬਹਿ ਗਿਆ ਸੀ ਅਤੇ ਇਹ ਜੀ ਦਾਤਰੀਆਂ ਵੇਖ ਕਿੱਥੇ ਗਈ ਉੱਥੇ ਰਹਿ ਗਈ ਜੀ ਦੋ ਤੇ ਦੋ ਚਾਰ ਦੋ ਛੇ ਅਤੇ ਇੱਕ ਕਿੱਥੇ ਗਈ ਅੱਬੂ ਕੋਲ ਜੀ ਅੱਬੂ ਨਾਲ ਲੈ ਲਈਏ ਅੱਬੂ ਉਡਾਉਂਦੇ ਵੇਖ ਲਈ ਅਤੇ ਕੀ ਆਉਂਦੇ ਨੇ ਸਹੀ ਨਿਕਲ ਗਏ ਨੇ ਹਾਂਜੀ ਚਲੋ ਜੀ ਬਾਈ ਨਿਕਲ ਗਏ ਜੀ ਸਹੀ ਅੱਬੂ ਜੀ ਨਾਂ ਕੋ ਪਾਸ ਅਤੇ ਫੇਰ ਸਮਝੋ ਪਾਸ ਅਤੇ ਇਹ ਜੇ ਜੀ ਅੱਗੋਂ ਨਿਕਲੇ ਦੰਦੇ ਵੇਖ ਲਿਆ ਨਾ ਫਿਰ ਤੁਸੀਂ ਕਿੰਜ ਦੰਦੇ ਕੱਢਦੇ ਨੇ ਕਿੰਨੀ ਮਿਹਨਤ ਲੱਗਦੀ ਹੈ ਅਤੇ ਸ਼ੁਕਰ ਕਿਤੇ ਟਾਈਮ ਨਾਲ ਤੁਰ ਗਿਆ ਸ਼ਮਸ਼ਾਨ ਵਾਲੀ ਐਮੀ ਜੀ ਤੈਨੂੰ ਆਖਿਆ ਨਾ ਚੱਲੀਏ ਦੁਕਾਨ ਬੰਦ ਹੋ ਜਾਂਦੀ ਟਾਈਮ ਨਾਲ ਅਤੇ ਆਈਏ ਅਸੀਂ ਗਏ ਹਾਂ ਅਤੇ ਕਢਾਇਆ ਕਢੂਏ ਨੇ ਦੰਦੇ ਅਤੇ ਨਾਲ ਹੀ ਤੂੰ ਆ ਵੇਖਣਾ ਦੁਕਾਨ ਹੋ ਗਈ ਬੰਦ ਅਤੇ ਚਲੋ ਸ਼ੁਕਰ ਹੈ ਕਿਤੇ ਅੱਲਾ ਦੇ ਕਰਮ ਫਜ਼ਲ ਨਾਲ ਨਾ ਟਾਈਮ ਨਾਲ ਪਹੁੰਚ ਗਏ ਅਸੀਂ ਅਤੇ ਜਿਹੜਾ ਨਾ ਆਹ ਵੇਖੋ ਵੱਢਣ ਵੀ ਲੱਗ ਪਿਆ ਜੀ ਚੱਲ ਮੁੜ ਜਾ ਹੁਣ ਆਉਂਦੇ ਨੇ ਦੰਦੇ ਖਰਾਉਣ ਲਾ ਲੱਕੜੀ ਨਾ ਵੱਢ ਦੰਦੇ ਖਰਾਬ ਹੋ ਜਾਂਦੇ ਨੇ ਲੱਕੜੀ ਵੱਢਿਆ ਅਤੇ ਚੈੱਕ ਕਰਨ ਦਾ ਤੇਜ਼ ਹੋਏ ਨੇ ਕਿ ਨਹੀਂ ਇੰਝ ਨਹੀਂ ਤਾਂ ਚੈੱਕ ਕਰੀਦਾ ਉਹਨਾਂ ਲਿਆ ਮੈਂ ਤੇਰਾ ਹੱਥ ਵੱਢਣਾ ਫਿਰ ਚੈੱਕ ਕਰਨਾ ਅਤੇ ਇੰਝ ਜੇ ਨਾ ਉਹ ਦੰਦੇ ਕੱਢ ਕੇ ਨਾ ਅਤੇ ਦਾਤਰੀਆਂ ਕੱਢਦੇ ਨੇ ਤੇਜ਼ ਅਤੇ ਚਲੋ ਦਾਤਰੀ ਮੇਰੀ ਜੇ ਮੰਨ ਲਈ ਆ ਪਹਿਲਾਂ ਹੀ ਮੈਂ ਹੀ ਲਾਈ ਹੈ ਟੇਪ ਤੂੰ ਹੀ ਲਾਈ ਹੈ ਹਾਂਜੀ ਤੂੰ ਕਿਨੂੰ ਲਾਈ ਹੈ ਅਤੇ ਪਿਛਲੀ ਯਾਰ ਦੀ ਲੱਗੀ ਹੈ ਮੈਂ ਹੀ ਲਾਈ ਸੀ ਤੂੰ ਤਾਂ ਵੱਢ ਨਹੀਂ ਨਾ ਤੂੰ ਆਪੀ ਆਖੇ ਨਾ ਵੀ ਮੈਂ ਨਹੀਂ ਵੱਢਦਾ ਪਿਛਲੀ ਯਾਰ ਦੀ ਮੈਂ ਆਖਿਆ ਸੀ ਮੈਂ ਵੱਢਣਾ ਹਾਂ ਥੋੜ੍ਹੀ ਥੋੜ੍ਹੀ ਵੱਢਣਾ ਆਇਆ ਵੇਖ ਨਾਲ ਹੀ ਮੈਨੂੰ ਕਰ ਗਿਆ ਜੇ ਮੈਂ ਵੱਢਣਾ ਥੋੜ੍ਹੀ ਥੋੜ੍ਹੀ ਵੱਢਣਾ ਬਾਈ ਹਾਂਜੀ ਮੈਂ ਹੀ ਵੇਖ ਲਿਆ ਉਹਨਾਂ ਨੂੰ ਉਹਨਾਂ ਨੇ ਵੀ ਵੇਖ ਲਿਆ ਉਹਨਾਂ ਨੂੰ ਦੰਦ ਕੱਢਦੇ ਆ ਤੇ ਮੈਂ ਹੀ ਵੇਖ ਲਿਆ ਉਹਨਾਂ ਨੂੰ ਦੰਦ ਕੱਢਦੇ ਆ ਉਹ ਦੰਦ ਨਹੀਂ ਉਹ ਦੰਦੇ ਨਹੀਂ ਉਹ ਭਾਈਆ ਬਾਈ ਦੰਦ ਜੇ ਉਹ ਨਹੀਂ ਉਹ ਦੰਦ ਉਹ ਮੈਨੂੰ ਵੀ ਚੇਤਾ ਭਰਾ ਹਰੇ ਦੰਦੇ ਹੁੰਦੇ ਨੇ ਅੱਗੂ ਦੰਦ ਨਹੀਂ ਨਿਕਲੇ ਹੁੰਦੇ ਚਲੋ ਯਾਰ ਤੂੰ ਅੰਦਰ ਰੱਖ ਦਿਮਾਗ ਨਾ ਖਰਾਬ ਕਰ ਤੂੰ ਵਲੇਟ ਇਹਨੂੰ ਦੁਬਾਰਾ ਅੰਦਰ ਆ ਹੁਣ ਜਿੱਦਣ ਸ਼ੁਰੂ ਕਰਨੇ ਆ ਬੁਜ਼ੁਰਗ ਪੁੱਛ ਕੇ ਤੇ ਫੇਰ ਆ ਪੈ ਜਾ ਨਾ ਵੱਡਾ ਬੁੱਢਾ ਆਵੇ ਜਾਂ ਆਪਣੀ ਆਪਣੀ ਮਾਲੇ ਜਿਹੜੀ ਮਲਣੀ ਹੋਏਗੀ ਚੱਲ ਠੀਕ ਹੈ ਜਿਹੜੀ ਵੀ ਟੇਪ ਟੂਪ ਵਾਲੀ ਚੱਲ ਰੱਖ ਲੈ ਇਹਨਾਂ ਨੂੰ ਕਿੱਥੇ ਰੱਖਣਾ ਆ ਬੁਜ਼ੁਰਗ ਕਿੱਥੇ ਆਉਂਦੇ ਮੈਂ ਰੱਖਣੀ ਅੰਦਰ ਪਰੋਲੇ ਤੇ ਚੱਲ ਰੱਖ ਆ ਪਰੋਲੇ ਤੇ ਫਿਰ ਓਹੋ ਹੋ ਹੋ ਚੌੜੀ ਸਾਹਿਬ ਹੋਰ ਫਿਰ ਤਿਆਰੀਆਂ ਪੂੜੀਆਂ ਨੇ ਪੂੜੀਆਂ ਨੇ ਵੇਖ ਲਿਓ ਅਸੀਂ ਵੀ ਪੂੜੀਆਂ ਕਰ ਲਈਆਂ ਤਿਆਰੀਆਂ ਭਲਾ ਕਾਹਦੀਆਂ ਪਤਾ ਜੇ ਕਿਹਦੀਆਂ ਦੱਸੋ ਹਾਂ ਚੰਗੀ ਭਰੀ ਸੁੱਕ ਗਈ ਹੈ ਮੁੰਡੂ ਆਈ ਜਾਣੀ ਫਿਰ ਤੇ ਫੇਰ ਕੀ ਕੀਤਾ ਜਾ ਚੌੜੀ ਸਾਹਿਬ ਅੱਬੂ ਜੀ ਨੇ ਫਿਰ ਦੱਸਣਾ ਸੀ ਹੈ ਫਿਰ ਤੁਸੀਂ ਦੱਸੋ ਕੀ ਕਰਨਾ ਜੇ ਜੋ ਆਉਂਦੇ ਤੁਸੀਂ ਉਹ ਕਰ ਲੈਂਦੇ ਆ ਨਹੀਂ ਵੱਢੀ ਜਾਣੀ ਫਿਰ ਆਈਏ ਫਿਰ ਹੁਣ ਫਿਰ ਇੱਕ ਦੋ ਧੁੱਪ ਲਾ ਲਈਏ ਫਿਰ ਇੱਕ ਦੋ ਧੁੱਪ ਲਾਉਣੀ ਪੈਣੀ ਠੀਕ ਹੋ ਗਿਆ ਚੌੜੀ ਸਾਹਿਬ ਹੋਰ ਕੁਛ ਫਿਰ ਨਹੀਂ ਸੁੱਖ ਪਾਇਆ ਵਾਹ ਬਈ ਵਾਹ ਚੌੜੀ ਸਾਹਿਬ ਫਿਰ ਅਸੀਂ ਕਿਹਾ ਤੁਹਾਨੂੰ ਅਸੀਂ ਕੁਛ ਸਤਾਇਆ ਤੁਹਾਨੂੰ ਦੱਸੋ ਜੇ ਸਤਾਇਆ ਤੇ ਦੱਸੋ ਫਿਰ ਚੌੜੀ ਦੇ ਨਾਂ ਦਾ ਰੈਪ ਯਾਰ ਚੌੜੀ ਸਾਹਿਬ ਆਹੋ ਤੂੰ ਹਾਂ ਉਦੋਂ ਦਾ ਮੈਨੂੰ ਆਖਿਆ ਮੈਨੂੰ ਚੇਤਾ ਹੀ ਭੁੱਲ ਗਿਆ ਸੀ ਚੌੜੀ ਸਾਹਿਬ ਚਲੋ ਫਿਰ ਮਸ਼ਹੂਰ ਹੋ ਜਾਣਾ ਤੁਸੀਂ ਹੈਂ ਹੋਈ ਹੋ ਗਏ ਮਸ਼ਹੂਰ ਫਿਰ ਮੈਨੂੰ ਨਾ ਆਖੋ ਜਿਹਨੂੰ ਤੁਹਾਡੇ ਫੈਨ ਫੂਨ ਆ ਗਏ ਤੁਹਾਡੇ ਕੋਲ ਆਟੋਗ੍ਰਾਫ ਗਰੂਫ ਲੈਣ ਤੁਹਾਨੂੰ ਫਿਰ ਸਾਈਨ ਕਰਨ ਦੀ ਜਾਜ ਜੇ ਨਾ ਨਹੀਂ ਜਾਜ ਤੇ ਫਿਰ ਕੀ ਕਰੋਗੇ ਫਿਰ ਅੰਗੂਠੇ ਵਾਹ ਫਿਰ ਅੰਗੂਠੇ ਚੌੜੀ ਸਾਹਿਬ ਲਾ ਕੇ ਦੇਈ ਜਾਣਗੇ ਠੀਕ ਹੋ ਗਿਆ ਚੌੜੀ ਇੰਤਜ਼ਾਮ ਪੂੜੇ ਨੇ ਫਿਰ ਮਸ਼ਹੂਰ ਹੁੰਦੇ ਆ ਚਲੋ ਜੀ ਤੁਹਾਡੇ ਨਾਂ ਦਾ ਰੋਜ਼ ਤੋਂ ਬਾਅਦ ਨਾ ਫਿਰ ਤੁਹਾਡੇ ਨਾਂ ਦਾ ਰੈਪ ਬਣੇਗਾ ਪਹਿਲਾਂ ਅਤੇ ਫਿਰ ਤੁਸੀਂ ਮਸ਼ਹੂਰ ਹੋਵੋਗੇ ਫਿਰ ਤੁਸੀਂ ਅੰਗੂਠੇ ਲਾ ਦੇ ਜਾਓ ਠੀਕ ਹੈ ਠੀਕ ਹੋ ਗਿਆ ਹੁਣ ਤਾਂ ਨਹੀਂ ਰਾਜ ਤੁਹਾਡੇ ਨਾਲ
ਨਹੀਂ ਨਰਾਜ਼? ਇੱਕ ਵਾਰੀ ਬੋਲੋ ਹਾਂ ਆਪਣਾ ਡਾਇਲ, ਫਿਰ ਸਾਨੂੰ ਪਤਾ ਚੱਲ ਜਾਏਗਾ ਸਹੀ ਉੱਚੀ। ਨਰਾਜ਼ ਨਹੀਂ ਤੁਸੀਂ? ਨਹੀਂ ਨਰਾਜ਼। ਨਹੀਂ ਨਰਾਜ਼? ਲਓ ਜੀ ਬਾਈ ਚੌੜੀ ਸਾਹਿਬ, ਨਹੀਂ ਨਰਾਜ਼। ਅਤੇ ਲਓ ਲਓ ਜੀ ਬਾਈ ਚੌੜੀ ਸਾਹਿਬ ਰਾਨ ਮਨਾ ਲਿਆ ਸੀ, ਅਤੇ ਚੌੜੀ ਸਾਹਿਬ ਬੜੀ ਜੀ ਨਰਾਜ਼ ਹੈ ਇਸ ਵਾਸਤੇ ਸਾਡੇ ਨਾਲ ਨਾ ਘੇਰ ਰਿਹਾ ਆਪਣੇ ਹੀ ਚੌੜੀ ਸਾਹਿਬ ਨਾਲ ਬਣਾਇਆ ਨਾ, ਮੈਨੂੰ ਅਸਲ ਜਿਹਨ 'ਚ ਨਹੀਂ ਰਿਹਾ, ਅਤੇ ਨਾਲੇ ਜਿਹੜਾ ਨਾ ਅੱਗੂ ਰਮਜ਼ਾਨ ਆ ਗਿਆ, ਫਿਰ ਇਨਸ਼ਾਅੱਲਾ ਹੁਣ ਰਮਜ਼ਾਨ 'ਚ ਬਾਅਦ ਫਿਰ ਚੌੜੀ ਸਾਹਿਬ ਦੇ ਨਾਂ ਦਾ ਰੈਪ ਬਣਾਉਣਾ, ਅਤੇ ਤੂੰ ਹਾਂ ਚੌੜੀ ਸਾਹਿਬ ਹੋਰਾਂ ਨੂੰ ਮਸ਼ਹੂਰ ਕਰਨਾ ਜੇ ਮੈਂ ਹੁਣ ਮੈਂ ਤਾਂ ਰੈਪ ਬਣਾਉਣਾ ਬਸ, ਅਤੇ ਚੌੜੀ ਸਾਹਿਬ ਹੋਰਾਂ ਨੂੰ ਫਿਰ ਮਸ਼ਹੂਰ ਕਰ ਦਿਓ, ਅਤੇ ਚੌੜੀ ਸਾਹਿਬ ਫਿਰ ਤੁਹਾਨੂੰ ਫਿਰ ਸਹਿਣ 'ਤੇ ਚਲੋ ਆਟੋਗ੍ਰਾਫ ਨਹੀਂ ਹੋਣੇ, ਫਿਰ ਅੰਗੂਠਾ ਲਾ ਲਾ ਕੇ ਨਾ ਤੁਹਾਨੂੰ ਫਿਰ ਆਪਣੇ ਆਟੋਗ੍ਰਾਫ ਦੇਈ ਜਾਵਾਂਗੇ। ਠੀਕ ਚੌੜੀ ਸਾਹਿਬ? ਠੀਕ ਹੈ। ਅਤੇ ਬਾਈ ਹੁਣ ਫਿਰ ਕਣਕ ਨੂੰ ਚੌੜੀ ਸਾਹਿਬ ਹੋਈ ਜਾਂਦੇ ਨੇ, ਫਿਰ ਕਣਕ ਵੱਢਾਂਗੇ ਅਤੇ ਤੁਹਾਨੂੰ ਜਿੱਤ ਲਾ ਕੇ ਵਹਾਵਾਂਗੇ ਅਸੀਂ ਫਿਰ। ਹੈਂ ਕੌਣ ਬਹੁਤ ਹੀ ਵੱਢਦਾ ਕਣਕ ਹੈ ਚੌੜੀ ਸਾਹਿਬ? ਇੱਕ ਇੱਕ ਭਰਾ ਤਾਂ ਲਈ ਜਾਵਾਂਗੇ ਦੂਰ ਦੂਰ ਸੀ, ਤਾਂ ਪਤਾ ਲੱਗੇ ਕਿ ਕੌਣ ਖੜਦਿਆਂ ਦੇ ਸੀ ਤਾਂ। ਲਓ ਜੀ ਬਾਈ, ਅਤੇ ਇਹੋ ਜੀ ਮੇਰੀ ਅੱਜ ਦੀ ਵੀਡੀਓ, ਅਤੇ ਵੀਡੀਓ ਪਸੰਦ ਆਈ ਹੋਈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਮੇਰਾ ਚੈਨਲ ਸਬਸਕ੍ਰਾਈਬ ਕੀ ਕਰਿਓ, ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਹੁਣ ਹਾਜ਼ਰ ਹੋਵਾਂਗੇ ਅਗਲੀ ਵੀਡੀਓ 'ਚ। ਸਾਨੂੰ ਦੋ ਇਜਾਜ਼ਤ, ਅੱਲਾ ਹਾਫਿਜ਼, ਬਾਏ ਬਾਏ।